प्रेमिका नूं धोखे च रख प्रेमी कराउण जा रहा सी विआह। मामला मोहाली दा है जिथे प्रेमिका ने चलदे विआह च पहुँच भड़थू पा दिता, जिस कारण लाड़े समेत सारी बरात पुजी थाने। दरअसल जिला फतेहगढ़ साहब दा नौजवान बेअंत सिंह विआह कराउण लई मोहाली दे एक गुरद्वारा साहब विच पहुंचिया ता उसका पिछा करदिया होए उसकी कथित प्रेमिका रेनू मौके ते पहुँच गई अते विआह वाली थां ते पहुँच हंगामा कीता अते विआह रुकवा दिता। पटियाला दी रहण वाली रेनू ने दस्या कि वह पिछले 8 सालों तो फतेहगढ़ साहब के रहण वाले बेअंत सिंह नाल लिव इन रिलेशनशिप विच रह रही सी अते पिछले कुछ दिनों तो बेअंत सिंह उसनू अनदेखिया कर रहा सी, जिस ते उसनू शक होया तां उसने पड़ताल कीती अते पिछा करदे होए वह विआह वाली थां पहुँच गई। शिकायत तो बाद पुलिस सारी बरात नू थाने लै गई। रेनू ने दस्या कि बेअंत सिंह ने विआह कराउण दा झांसा दे के उसका इस्तेमाल किया है। बेअंत सिंह जी मेरे नाल 8 साल तो रह रहा है, ठीक है। 8 साल मैंने उन्होंने जरूर किया, ठीक है, धोखा दे दे के मैं तेरे नाल विआह करा लूँगा विआह करा लूँगा। उन्हें धोखे नाल मेरे धोखे नाल विआह करवा रहे हैं बिन पूछे। हाँ जी, असं खालसा मंदिर रहते हैं। कितने? हाँ जी, खालसा मंदिर पटियाले। हाँ जी, पटियाले रहते हैं खालसा मंदिर। ते अज फिर तुहानू की पता लग्या? पता लगे मेरी बरात है, मैं उन्होंने पूछ रही रही थोड़ा विआह तो नहीं ये मैं कहते मेरा विआह नहीं है, मैं तेरे नाल ही विआह कराना, मैं तेरे नाल ही रहना, हाँ मैं तेनों घर लेके जाऊँगा। इन्होंने मैंने कहा मम्मी ने मेनू मारिया, कहते कुछ मर्जी कर दो असीं विआह करना ही करना गा। मेरे को आई फिर मैं कुड़ियां वाले का घर दस दो, कुड़ियां वाले का घर कित्थे है? कहते सानू नहीं पता। मैं बरात कित्थे जा रही है? कहते सानू नहीं पता, ठीक है। फिर असं इन्हों के गड्डी पिछे लाइए जी सारे। हाँ जी, पूरे आके देखा विआह हो रहा? हाँ जी, इतने विआह हो रहा जी, मैंने विआह रोक लिया जी। इतना लाइए 8 साल मैंने इन्हें रखे, मैं उन्हें किडे सारे जीना जी, मेरे उधर भी घर खराब आ। मैं ਫਿਰ ਆਪਾਂ ਵਿਆਹ ਕਰਾ ਕੇ ਉੱਥੇ ਘਰੇ ਤੁਹਾਨੂੰ ਮੈਂ ਘਰੇ ਲੈ। ਪਹਿਲਾਂ ਤੁਹਾਡਾ ਕੋਈ ਤਲਾਕ ਹੋਇਆ ਸੀ? ਸੂਰਤ ਕੇ ਸੀ? ਹਾਂਜੀ, ਤੁਹਾਡਾ ਵੀ ਤਲਾਕ ਹੋਇਆ ਸੀ ਪਹਿਲਾਂ ਤੋਂ ਜਾਂ ਤੁਸੀਂ? ਨਹੀਂ, ਉੱਥੇ ਮੇਰਾ ਕੇਸ ਇਹਨਾਂ ਨੇ ਪਾਇਆ ਦਾ, ਸਾਰਾ ਕੁਝ ਇਹਨਾਂ ਨੇ ਪਤਾ ਇਹਨਾਂ ਨੇ ਕੀਤਾ ਦਾ ਜੀ, ਇਹਨਾਂ ਨੇ ਕੀਤਾ। ਨਹੀਂ, ਤੁਹਾਡਾ ਤਲਾਕ ਹੋਇਆ ਵੇ ਜੀ? ਹਾਂਜੀ, ਤਲਾਕ ਦਾ ਕੇਸ ਇਹਨਾਂ ਨੇ ਪਾਇਆ ਦਾ। ਚਲ ਲੱਗ ਤੋਂ ਚੱਲ ਗਿਆ, ਸਾਰਾ ਕੁਝ ਹੋ ਗਿਆ। ਨਾ ਹੁਣ ਬੱਚੇ ਕਿੰਨੇ ਨੇ ਛੋਟੇ? ਕੁੜੀ ਮੁੰਡਾ ਨੇ। ਹੈਗੇ ਮਤਲਬ ਤਲਾਕ ਪਹਿਲਾਂ ਵਾਲੇ ਨੇ? ਪਹਿਲਾਂ ਵਾਲੇ ਨੇ। ਹਾਂਜੀ, ਪਹਿਲਾਂ ਵਾਲੇ ਨੇ ਇਹਨਾਂ ਦਾ ਮਤਲਬ ਨਹੀਂ। ਪਾਲਣ ਪੋਸ਼ਣ ਕਰ ਰਿਹਾ ਸੀ ਇਹ? ਹਾਂਜੀ, ਕਰਦੇ ਸੀ ਜੀ ਉਹਨਾਂ ਦਾ ਪਾਲਣ ਪੋਸ਼ਣ। ਹੁਣ ਕੀ ਚਾਹੁੰਦੇ? ਹੁਣ ਤੁਸੀਂ ਕੀ ਚਾਹੁੰਦੇ? ਮੈਂ ਹੁਣ ਚਾਹੁੰਦੀ ਮੈਂ ਇਹਨਾਂ ਨਾਲ ਹੀ ਰਹਿਣਾ, ਅਸਾਂ ਮੈਨੂੰ ਆ ਦੇ ਘਰੇ ਬਸਾਉਣ। ਠੀਕ। ਬੇਅੰਤ ਸਿੰਘ ਜੀ, ਅੱਜ ਤੁਹਾਡੇ ਤੋਂ ਐਲੀਗੇਸ਼ਨ ਲੱਗੇ ਨੇ ਕਿ ਤੁਸੀਂ ਹੋਰ ਵਿਆਹ ਕਰਾ ਲਓ 8 ਸਾਲ ਤੋਂ ਇਹ ਨਾ ਰਹਿੰਦੇ। ਨਹੀਂ, ਸਭ ਝੂਠ। 8 ਸਾਲ ਤੋਂ ਨਹੀਂ। 2019 ਚ ਮੇਰੇ ਬ੍ਰਦਰ ਦਾ ਐਕਸੀਡੈਂਟ ਹੋਇਆ ਸੀ, ਇਹਨਾਂ ਦੇ ਬ੍ਰਦਰ ਦੇ ਵੀ ਬਿਮਾਰ ਸੀ, ਉੱਥੇ ਹਸਪਤਾਲ ਜਿਹਨਾਂ ਨੇ ਮੈਨੂੰ ਨੰਬਰ ਦਿੱਤਾ, ਮੈਨੂੰ ਦੱਸਿਆ ਨਹੀਂ ਵੀ ਮੇਰਾ ਕੋਈ ਕੇਸ ਸਕੂਲ ਕੋਰਟ 'ਚ ਕੇਸ ਚੱਲਦਾ ਜਾਂ ਕੁਛ ਵੀ ਚੱਲਦਾ ਸਰ। ਅਤੇ ਬਾਅਦ 'ਚ ਮੈਨੂੰ ਥੋੜ੍ਹੀ ਦੇਰ ਬਾਅਦ ਜਦ ਪਤਾ ਚੱਲਿਆ ਸਰ, ਮੈਂ ਘਰ ਆਉਣਾ ਚਾਹਿਆ ਆਪਣੇ ਮਾਂ ਪਿਓ ਕੋਲ, ਮੈਨੂੰ ਕਹਿੰਦੇ ਜੀ ਨਹੀਂ ਜੀ ਅਸੀਂ ਆਪਣੇ ਜੇ ਤੂੰ ਘਰ ਵੀ ਲੱਗੇ ਹਾਂ, ਮੈਂ ਤੁਹਾਡੇ ਘਰ ਜਾ ਕੇ ਤੁਹਾਨੂੰ ਕੁਛ ਕੱਢੂੰਗੀ ਅਤੇ ਮੈਂ ਤੁਹਾਡੀ ਬੇਇੱਜ਼ਤੀ ਕਰੂੰਗੀ ਸਰ। ਅਤੇ ਸਰ ਆਏ ਸਾਡੇ ਘਰ ਵੀ ਆਏ, ਮੇਰੀ ਭੈਣ ਦੇ ਪਿੰਡ ਵੀ ਗਏ, ਉੱਥੇ ਵੀ ਮੈਂ ਮੁਝੇ ਕੁਛ ਸਿੱਧਾ ਬੋਲਿਆ ਸਰ। 2019 ਤੋਂ ਸਰ ਸਾਡਾ ਕੋਂਟੈਕਟ ਉੱਥੇ ਰਹਿੰਦੇ ਰਹੇ ਸਰ, ਮੁਝੇ ਪਹਿਲਾਂ ਰਹਿੰਦੇ ਨਹੀਂ ਸੀ, ਇਹਨਾਂ ਦਾ ਬਹੁਤ ਚੱਲਦਾ ਹੀ ਝਗੜਾ ਹੋਇਆ ਇਹਨਾਂ ਦਾ ਉੱਥੇ, ਮਤਲਬ ਆਉਂਦੇ ਜਾਂਦੇ ਸੀ? ਆਉਂਦੇ ਜਾਂਦੇ ਸੀ। ਵਿਆਹ ਤਾਂ ਵੀ ਤੁਸੀਂ ਕਿਹਾ ਤਾਂ ਨਹੀਂ ਸਰ, ਮੈਨੂੰ ਪਤਾ ਜੇ ਡਿਵੋਰਸ ਨਹੀਂ ਹੋਇਆ, ਮੈਨੂੰ ਉਹਨੇ ਤਾਂ ਦੱਸਿਆ ਸਰ ਇਹਨਾਂ ਨੇ ਇਹਨਾਂ ਦਾ ਡਿਵੋਰਸ ਚੱਲ ਰਿਹਾ ਕੇਸ ਪਰ ਚੱਲ ਰਿਹਾ ਸਰ। ਬਾਅਦ 'ਚ ਮੈਨੂੰ ਪਤਾ ਲੱਗਿਆ ਫਿਰ ਮੈਂ ਘਰ ਆਉਣਾ ਚਾਹਿਆ ਸਰ, ਫਿਰ ਇਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੈਨੂੰ ਆਉਣ ਨਹੀਂ ਦਿੰਦੇ। ਦੇਖੋ ਗੱਲ ਆ ਯਾਰ, ਅਤੇ ਹੁਣ ਤੁਹਾਡਾ ਰਿਸ਼ਤਾ ਕਿਹਨੇ ਕਰਾਇਆ ਤੂੰ ਮੋਹਾਲੀ ਉੱਥੇ? ਰਿਸ਼ਤਾ ਕਿਸੇ ਨੂੰ ਨਹੀਂ ਕਰਾਇਆ ਸਰ। ਇਹ ਨਾ ਛੁੱਟੀ ਕਿਵੇਂ ਜਾਣ ਕਰਾਉਣਾ ਸਰ? ਮੇਰੀ ਭੈਣ ਐਕਚੁਅਲੀ ਬਿਮਾਰ ਆ, PGI ਸਾਡਾ ਦਾਖਲ ਚੱਲਦੇ, ਸਾਡੀ ਰਿਸ਼ਤੇਦਾਰੀ ਆ, ਉਹਨਾਂ ਦੇ ਗੁਆਂਢ 'ਚ ਸਰ ਇਹਨਾਂ ਦਾ ਘਰ ਸੀ, ਗੱਲ ਹੋ ਗਈ ਮੰਮੀ ਉਹਨਾਂ ਨੇ ਗੱਲ ਕਰਤੀ। ਹੁਣ ਮੇਰੀ ਸਰ ਮੈਨੂੰ ਪਤਾ ਮੈਨੂੰ ਕੋਈ ਸਾਂਭੇਗਾ ਨਹੀਂ 5-4 ਸਾਲ ਤੱਕ, ਮੈਨੂੰ ਵੀ ਕਿਸੇ ਨੇ ਦੇਖਣਾ ਸਰ, ਮੇਰੇ ਕੋਲ ਮੇਰੇ ਮਾਂ ਪਿਓ ਨੇ,
मेरी भैन बीमार है मेरे सर मैं भी देखना सब पर इन्होंने जो कुछ बोलिया सर मेरे ना एक कोई चार दिन पहला उसे कंप्लेंट भी की थी कि छोटे केस में उन्होंने साडे पक्ष हुआ है जी की हो गया सानू ये गया थाने वाले भी भाई तुसी बयान करो आज मामले सामने आया सी एक लड़का आया बयान फतेहगढ़ साहब सरंदर रहने वाला वो इतने मैरिज कराने आया सी गुरुद्वारा साहब पर इन्होंने की लड़की है पटियाले तो वो इतने परिवार समेत अपने होर घर नाल आ गए उन्होंने ये दसिया कि यह लड़का मेरे नाल पहला लिवन रहिंदा सी मैनू बिना दस्सिया तो इतने ब्याह करवा जिहड़ी ब्याह करवाउण वाली लड़की सी वो चंडीगढ़ तो सी इन्हों हूँ असी एप्लीकेशन साढ़े को आ गई दोनों प्रेजेंट ने साढ़े को अजे रिसेंटली थोड़ा टाइम पहला आए तो गलबात सुन रहे हैं जिमें भी होया फिर तुम्हें बाद सारी अपडेट दूंगा Subscribe to One India channel and never miss an update.